ਜੀ ਮਿੱਤਰੋ, ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਮੇਰੇ ਯੂਟਿਊਬ ਚੈਨਲ ਜੈਮਨ ਵਲੌਗ ਤੇ ਸਵਾਗਤ ਆ ਤੇ ਅੱਜ ਅਸੀਂ ਘਰੇ ਬਣਾਉਣ ਜਾ ਰਹੇ ਹਾਂ ਪਿੰਨੀਆਂ। ਠੀਕ ਹੈ ਜੀ, ਸਾਰਿਆਂ ਨੂੰ ਦੱਸਾਂਗੇ ਪਿੰਨੀਆਂ ਕਿਵੇਂ ਬਣਦੀਆਂ। ਠੀਕ ਹੈ, ਸਵੇਰੇ ਸਵੇਰੇ 2 ਪਿੰਨੀਆਂ ਖਾਓ, ਪੂਰਾ ਢਿੱਡ ਭਰਿਆ ਰਹਿੰਦਾ, ਨਾਲੇ ਸਰੀਰ 'ਚ ਤਾਕਤ ਰਹਿੰਦੀ ਹੈ। ਠੀਕ ਹੈ, ਜਿਹੜੇ ਕਿ ਲੋਕ ਨਸ਼ੇ ਕਰਦੇ ਨੇ ਉਹਨਾਂ ਨੂੰ ਨਸ਼ੇ ਛੱਡ ਕੇ ਆਹ ਚੀਜ਼ ਦਾ ਨਸ਼ਾ ਲਾਉਣਾ ਚਾਹੀਦਾ, ਜਿਹੜਾ ਨਸ਼ਾ ਲੱਗਣਾ ਚਾਹੀਦਾ, ਪਿੰਨੀਆਂ ਦਾ ਨਸ਼ਾ ਲੱਗਣਾ ਚਾਹੀਦਾ ਜੀ। ਪਿੰਨੀਆਂ ਬਹੁਤ ਵਧੀਆ ਬਣਦੀਆਂ ਨੇ ਘਰ ਦੇ ਵਿੱਚ। ਹੁਣ ਤੁਹਾਨੂੰ ਦੱਸਾਂਗੇ ਪਿੰਨੀਆਂ ਬਣਾਉਣੀਆਂ ਕਿਵੇਂ ਨੇ। ਮਾਤਾ ਸ਼੍ਰੀ ਜੀ ਮੇਰੀ ਮਦਦ ਕਰਨਗੇ। ਮਾਤਾ ਸ਼੍ਰੀ ਜੀ ਨਹੀਂ ਬਣਾਉਣੀਆਂ, ਮਦਦ ਕੀ ਕਰਨਗੇ? ਮਾਤਾ ਸ਼੍ਰੀ ਜੀ ਹੁਣ ਨਾਲ ਤੁਹਾਨੂੰ ਮਿਲਾਉਂਦੇ ਆ। ਸੋ ਜੀ, ਪਿੰਨੀਆਂ ਦੀ ਪ੍ਰੋਸੈਸਿੰਗ ਦੇਖੋ। ਸਭ ਤੋਂ ਪਹਿਲਾਂ ਕੜਾਹੀ 'ਚ ਘੀ ਗਰਮ ਹੋਊਗਾ। ਆ ਘੀ ਰੱਖਿਆ ਹੋਇਆ ਕੜਾਹੀ ਦੇ ਵਿੱਚ, ਗਰਮ ਹੋ ਕੇ ਮੇਰੀ ਮਾਤਾ ਸ਼੍ਰੀ ਆਟਾ ਛਾਣਦੇ ਪਏ ਨੇ। ਫਿਰ ਆਟਾ ਇਹਦੇ ਵਿੱਚ ਜਾਊਗਾ। ਠੀਕ ਹੈ, ਜਿਹੜਾ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ, ਘੀ ਚਾਹੀਦਾ, ਠੀਕ ਹੈ, ਖੋਆ ਚਾਹੀਦਾ, ਬਦਾਮ ਚਾਹੀਦੇ ਨੇ, ਅਜਵੈਣ ਚਾਹੀਦੀ ਆ, ਹੈਗੀ ਆ ਕਾਲੀ ਮਿਰਚ ਚਾਹੀਦੀ ਆ, ਅਤੇ ਸ਼ੱਕਰ ਚਾਹੀਦੀ ਹੈ। ਠੀਕ ਹੈ, ਆਪਾਂ ਨੂੰ ਇਹ ਸਮਾਨ ਚਾਹੀਦਾ। ਇੰਨੇ ਘੀ ਗਰਮ ਹੁੰਦਾ, ਠੀਕ ਹੈ, 2-3 ਘੰਟੇ ਲੱਗ ਜਾਂਦੇ ਨੇ ਪਿੰਨੀਆਂ ਬਣਾਉਣ ਨੂੰ। ਮਾਤਾ ਸ਼੍ਰੀ ਜੀ ਲੱਗੇ ਹੋਏ ਨੇ, ਆਹ ਦੇਖੋ, 2 ਸਵੇਰੇ ਪਿੰਨੀਆਂ ਖਾਧੀਆਂ, ਪੂਰਾ ਢਿੱਡ ਭਰਿਆ ਰਹਿੰਦਾ, ਸ਼ਾਮ ਤੱਕ ਭੁੱਖ ਨਹੀਂ ਲੱਗਦੀ। ਫਿਰ ਆਹ ਦੇਖੋ ਜੀ, ਸਮਾਨ ਆਪਾਂ ਸਾਰਾ ਤਿਆਰ ਕੀਤਾ ਹੋਇਆ। ਪਿੰਨੀਆਂ ਘਰੇ ਬਣਾਓ, ਬਹੁਤ ਵਧੀਆ ਬਣਦੀਆਂ ਨੇ, ਸਿਹਤ ਲਈ ਬਹੁਤ ਵਧੀਆ ਨੇ, ਸਾਰੇ ਬੰਦਿਆਂ ਲਈ ਵਧੀਆ ਨੇ। ਠੀਕ ਹੈ ਜੀ, ਆਹ ਦੇਖੋ, ਨਾਲੇ ਘਰ ਦੀ ਪਿੰਨੀ ਬਣਾ ਰਿਹਾ, ਕੋਈ ਐਂ ਨਹੀਂ ਹੈਗਾ, ਲੋਕ ਬਾਹਰੋਂ ਵੀ ਬਣਵਾ ਲੈਂਦੇ ਨੇ, ਬਾਹਰਲਿਆਂ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਬਣਾਇਆ। ਆਟਾ ਦੇਖੋ ਜੀ, ਯੋ ਮਾਤਾ ਸ਼੍ਰੀ ਤੋਂ ਗਾਲਾਂ ਨਿਕਲਣਾ, ਇਹ ਕੀ ਗਰਮ ਹੁੰਦਾ ਪਿਆ। ਹੁਣ ਇਹਦੇ ਵਿੱਚ ਜਾਊਗਾ, ਹੋ ਗਿਆ ਮੈਂ ਕੀ ਗਰਮ। ਸੋ ਜੀ, ਮਾਤਾ ਸ਼੍ਰੀ ਜੀ ਲੱਗੇ ਹੋਏ ਨੇ ਘੀ ਨੂੰ ਥੋੜ੍ਹਾ ਜਿਹਾ ਹਿਲਾਉਣ। ਠੀਕ ਹੈ ਜੀ, ਉਹ ਆਟਾ ਇਹਦੇ ਵਿੱਚ ਜਾਊਗਾ। ਠੀਕ ਹੈ ਜੀ, ਆਹ ਦੇਖੋ, ਮਾਤਾ ਸ਼੍ਰੀ ਜੀ ਕਹਿੰਦੇ ਸੀ ਵੀਡੀਓ ਨਾ ਬਣਾਈ, ਮੈਂ ਕਿਹਾ ਨਹੀਂ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਮੇਰੀ ਮਾਤਾ ਸ਼੍ਰੀ ਜੀ ਕਿੰਨਾ ਕੰਮ ਕਰਦੇ ਨੇ। ਆਹ ਦੇਖੋ, ਤੁਹਾਨੂੰ ਆਵਾਜ਼ਾਂ ਵੀ ਸੁਣਦੀ ਹੋਣੀ ਟੱਕ ਟੱਕ ਦੀਆਂ, ਕੀ ਗਰਮ ਹੋ ਰਿਹਾ। ਠੀਕ ਹੈ ਜੀ, ਹੁਣ ਇਹਦੇ ਵਿੱਚ ਪਾਉਣਾ ਆਪਾਂ ਆਟਾ। ਵੀਡੀਓ ਥੋੜ੍ਹੀ ਮਤਲਬ ਲੈਂਥੀ ਹੋ ਸਕਦੀ ਆ, ਪਰ ਉਹਦਾ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਠੀਕ ਹੈ ਜੀ, ਆਹ ਦੇਖੋ ਜੀ, ਹੁਣ ਮਾਤਾ ਸ਼੍ਰੀ ਜੀ ਮੇਰੇ ਇੱਥੇ ਆਟਾ ਪਾਉਣ ਜਾ ਰਹੇ ਆ। ਆਹ ਦੇਖੋ ਜੀ, ਆਹ ਘੀ ਦੇ ਵਿੱਚ ਆਟਾ ਪੈ ਚੁੱਕਿਆ ਜੀ, ਲਓ ਜੀ। ਅੱਛਾ, ਠੀਕ ਹੈ ਜੀ, ਇਹ ਤੋਂ ਬਾਅਦ ਜ਼ਿਆਦਾ ਅਗਲਾ ਪ੍ਰੋਸੈਸ ਦਿਖਾਵਾਂਗੇ ਫਿਰ ਤੁਹਾਨੂੰ। ਸੋ ਜੀ, ਆਪਾਂ ਕੜਾਹੀ ਵਿੱਚ ਆਟਾ ਪਾ ਚੁੱਕੇ ਹਾਂ, ਇਹਨੂੰ ਹੁਣ ਭੁੰਨਣ ਲੱਗੇ ਹੋਏ ਹਾਂ ਮਾਤਾ ਸ਼੍ਰੀ ਜੀ ਮੇਰੇ। ਆਹ ਦੇਖੋ, ਇਹਦਾ ਰੰਗ ਦੇਖੋ ਤੁਸੀਂ, ਕਿਆ ਜਾਊਗਾ, ਬਰਾਊਨੀ ਬਰਾਊਨੀ ਕਲਰ। ਪਿੰਨੀਆਂ ਵੀ ਬਰਾਊਨੀ, ਮੈਂ ਮੁੰਡਾ ਵੀ ਬਰਾਊਨੀ, ਮੈਨੂੰ ਪਸੰਦ ਹੈ ਬਰਾਊਨੀ ਕੇਕ, ਕੋਈ ਲੈਣ ਨਹੀਂ ਜੁੜੀ। ਲਓ ਜੀ, ਥੋੜ੍ਹਾ ਬਹੁਤਾ ਮਾਹੌਲ ਵੀ ਹੋਣਾ ਚਾਹੀਦਾ ਵੀਡੀਓ ਦੇ ਵਿੱਚ। ਠੀਕ ਹੈ, ਬਾਕੀ ਸਮਾਨ ਆ ਪਿਆ ਹੀ ਆ, ਤੁਹਾਨੂੰ ਦੱਸ ਚੁੱਕੇ ਹਾਂ, ਇਹ ਵੀ ਇਹਦੇ ਵਿੱਚ ਪਊਗਾ, ਕਿਵੇਂ ਕਿਵੇਂ ਪਊਗਾ ਉਹ ਵੀ ਤੁਹਾਨੂੰ ਸਮਝਾਵਾਂਗੇ ਆਪਾਂ ਸਾਰੇ। ਲਓ ਜੀ, ਹੁਣ ਜਿਹੜਾ ਅਗਲਾ ਪ੍ਰੋਸੈਸ ਆ, ਇੱਕ ਪਾਸੇ ਮੇਰੀ ਮਾਤਾ ਸ਼੍ਰੀ ਜੀ ਲੱਗੇ ਹੋਏ ਨੇ, ਦੂਸਰੇ ਪਾਸੇ ਜਿਹੜਾ ਹੈਗਾ ਖੋਆ, ਉਹ ਮੈਨੂੰ ਕੰਮ ਮਿਲ ਚੁੱਕਿਆ। ਦੂਸਰੇ ਪਾਸੇ ਆਪਾਂ ਖੋਆ ਪਾ ਦੇਣਾ, ਸਾਰਾ ਇਹ 'ਚ ਸਾਰਾ ਹੀ ਪਾ ਲੈਣਾ, ਸਾਰਾ ਖੋਆ। ਉੱਧਰ ਇੱਕ ਪਾਸੇ ਮੇਰੇ ਮਾਤਾ ਸ਼੍ਰੀ ਜੀ ਦੇਖੋ, ਉਹਨੂੰ ਐਂ ਵਿੱਚ ਲਵਾ ਪੈਂਦਾ, ਸਿੱਟਦਾ ਮੈਂ ਨਿਕਲੇ। ਆਹ ਦੇਖੋ ਜੀ, ਆਹ ਖੋਆ ਇੰਨਾ ਪਾ ਚੁੱਕਿਆ, ਇਹਨੂੰ ਰਲਾਉਣਾ ਹੁਣ ਘੀ ਦੇ ਵਿੱਚ, ਦੇਸੀ ਘੀ ਦੇ ਵਿੱਚ। ਦੇਸੀ ਘੀ ਵਾਲੀਆਂ ਪਿੰਨੀਆਂ ਖਾਓ, ਲੋਕ ਅੱਜ ਕੱਲ੍ਹ ਰਿਫਾਇੰਡ ਵਾਲੀਆਂ ਖਾਂਦੇ ਨੇ, ਕਹਿੰਦੇ ਘੀ ਮਹਿੰਗਾ ਬਹੁਤ ਆ ਦੇਸੀ ਘੀ, ਪਰ ਮਹਿੰਗਾ ਤਾਂ ਜ਼ਰੂਰ ਆ, ਪਰ ਖਾਣ ਦਾ ਟੇਸਟ। ਇਹਨੂੰ ਹੁਣ ਤੋੜਨਾ, ਇਹਨੂੰ ਤੋੜਨਾ ਹੀ, ਆ ਦੇਖੋ, ਐਂ ਮੱਕਾ ਲੱਖਾ ਬਾਹਰਲੇ ਮੈਨੂੰ ਰੱਖਣਗੇ ਕੁੱਕ ਜਿਸ ਦਿਨ ਰੱਖਿਆ ਉਹਨਾਂ ਨੇ। ਫਿਰ ਤੋੜਨ ਦਾ ਸਟਾਈਲ ਹੀ ਦੇਖੋ ਮੇਰਾ, ਕਿਆ ਯਾਰ, ਜਿਵੇਂ ਪਹਾੜ ਤੋੜਦਾ ਵਾ। ਠੀਕ ਹੈ ਜੀ, ਦੇਖੋ ਮੇਰੀ ਸਿਸਟਰ ਜੀ ਨੂੰ ਜੀ ਵੀਡੀਓ ਇੰਨੇ ਸਾਲ ਹੋ ਗਏ ਬਣਾਉਂਦੇ ਨੂੰ, ਇਹਨੂੰ ਵੀਡੀਓ ਨਹੀਂ ਬਣਾਉਣੀ ਆਉਂਦੀ, ਕੰਧ ਦੀ ਉਹ ਸ਼ਕਲ ਦਿਖਾਈ ਜਾਂਦੀ ਹੈ, ਦਿਖਾਣੀ ਇਹਦੀ ਹੁੰਦੀ ਹੈ। ਉਹ ਦੇਖੋ ਇੱਕ ਪਾਸੇ, ਮਾਤਾ ਸ਼੍ਰੀ ਨੇ ਮੇਰਾ ਹੱਥ ਖੋਲਿਆ, ਕਹਿੰਦਾ ਤੂੰ ਕੋਈ ਕੰਮ ਕਰ ਤਾ ਨਹੀਂ, ਆ ਦੇਖਿਆ ਹੁਣ, ਆ ਚੱਕ, ਆ ਚੱਕ,
ਹਲੋ ਜੀ ਦੇਖੋ ਤੁਸੀਂ, ਦਿਸ ਇਜ਼ ਖੋਆ ਐਂਡ ਦਿਸ ਇਜ਼ ਆਟਾ ਐਂਡ ਘੀ। ਲਓ ਜੀ ਖੋਆ ਹੁਣ ਪਾ ਚੁੱਕਿਆ। ਮੀਏ ਤੋਂ ਬਾਅਦ ਕੀ ਪ੍ਰੋਸੈਸ ਆ? ਬਸ ਜੀ ਫਿਰ ਆਟਾ ਭੁੱਜ ਜੂਗਾ, ਉਹ 'ਚ ਫਿਰ ਖੋਆ ਪਾ ਦੇਣਾ, ਫਿਰ ਖੋਹ ਤੋਂ ਬਾਅਦ ਆਪਾਂ ਪੀਣੀਆਂ ਕੱਢਣ ਲੱਗ ਜਾਣੀ ਆ। ਠੰਡੇ ਹੋਏ ਤਾਂ ਗਰਮ ਗਰਮ ਨਹੀਂ, ਗਰਮ ਗਰਮ ਤਾਂ ਹੱਥ ਪੁੱਕ ਸਕਦੇ ਨੇ। ਆ ਦੇਖੋ ਬਹੁਤ ਹੀ ਹੈਲਥੀ, ਦੇਖੋ ਜੀ ਦੇਖੋ, ਤੁਸੀਂ ਧਿਆਨ ਨਾਲ ਦੇਖੋ, ਘਰੇ ਟਰਾਈ ਕਰੋ, ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ, ਮੈਨੂੰ ਕਰੋ ਸਪੋਰਟ ਕਰੋ, ਕਿਉਂਕਿ ਮੇਰੀ ਮਾਤਾ ਸ਼੍ਰੀ ਜੀ ਇੰਨੇ ਕੰਮ ਕਰਦੇ ਨੇ, ਕਹਿੰਦੇ ਮੈਂ ਪੋਪੂਲਰ ਹੋਣਾ ਚਾਹੁੰਦੇ ਆ, ਕਹਿੰਦੇ ਲਓ ਜਿੱਲੋ ਆਟਾ, ਕਹਿੰਦਾ ਮੈਂ ਸੋਹਣਾ, ਕੀ ਕਹਿੰਦਾ ਮੈਂ ਸੋਹਣਾ, ਸੋਹਣਾ ਕੌਣ, ਸੋਹਣਾ ਕੋਈ ਨਹੀਂ। ਵੈਸੇ ਯਾਰ ਸਮਝਾ ਚੱਲਦਾ ਰਹਿੰਦਾ, ਠੀਕ ਹੈ ਜੀ, ਜਦੋਂ ਭੁੰਨ ਜੂਗਾ ਉਹਦੇ ਵਿੱਚ ਫਿਰ ਖੋਆ ਪਾ ਦਾਂਗੇ। ਸੋ ਜੀ ਜਿਹੜਾ ਆਪਣਾ ਅਗਲਾ ਪਾਰਟ ਆ, ਜਿਵੇਂ ਆਪਣਾ ਘੀ ਜਿਹੜਾ ਹੈਗਾ ਸੀਗਾ ਤਿਆਰ ਹੋ ਚੁੱਕਿਆ, ਆਪਾਂ ਖੋਆ ਤਿਆਰ ਕਰਨ ਲੱਗੇ ਸੀ, ਖੋਆ ਵੀ ਤਿਆਰ ਹੋ ਚੁੱਕਿਆ, ਘੀ ਦੇ ਵਿੱਚ ਆਪਾਂ ਪਾਉਣਾ ਖੋਆ, ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਜੀ ਪਾਇਆ ਦੇਸੀ ਘੀ ਦੇ ਵਿੱਚ ਖੋਆ, ਇੰਨਾ ਖੋਆ ਤਿਆਰ ਕਰ ਚੁੱਕੇ ਸੀਗੇ, ਜਿਹੜਾ ਆਟਾ ਉਹ ਪੂਰਾ ਭੁੱਜ ਚੁੱਕਿਆ ਜੀ, ਠੀਕ ਹੈ ਜੀ, ਖੋਆ ਵੀ ਆਪਾਂ ਗਰਮ ਕੀਤਾ ਸੀਗਾ, ਹੁਣ ਇਹ ਚੀਜ਼ਾਂ ਨੂੰ ਮਿਕਸ ਕਰ ਲੈਣਾ, ਫਿਰ ਜਦ ਇਹ ਠੰਡਾ ਹੋਊਗਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸਾਰਾ ਸਮਾਨ ਉਹਦੇ ਵਿੱਚ ਪਾ ਲੈਣਾ, ਫਿਰ ਪਿੰਨੀਆਂ ਤਿਆਰ, ਠੀਕ ਹੈ ਮੰਮੀ ਜੀ? ਮੰਮੀ ਕਹਿੰਦੀ ਯੈਸ, ਚੱਲ ਲਓ ਜੀ, ਠੀਕ ਹੈ ਜੀ, ਇੰਨਾ ਕੁ ਕੰਮ ਸੀਗਾ, ਪਿੰਨੀਆਂ ਤਿਆਰ ਹੋ ਚੁੱਕੀਆਂ। ਇਹ ਜੇ ਕਿੱਥੇ, ਮਤਲਬ ਠੰਡਾ ਹੋਏ ਤਾਂ ਫਿਰ ਤਾਂ ਤਿਆਰ ਨੇ, ਇਹਨੇ ਹੁਣ ਠੰਡਾ ਹੋ ਜਾਣਾ, ਠੀਕ ਹੈ ਜੀ, ਹੁਣ ਤੁਹਾਨੂੰ ਜਿਹੜਾ ਜਿਹੜਾ ਸਮਾਨ ਇਹ 'ਚ ਪਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਫਿਰ ਜਾਂ ਠੰਡੇ ਹੋਏ ਤੇ। ਸੋ ਜੀ ਜਿਹੜਾ ਘੀ ਹੈ ਵਿੱਚ ਇਹਦੇ ਖੋਆ ਪਾਇਆ ਸੀਗਾ ਉਹ ਮਤਲਬ ਕੋਸਾ ਹੋ ਚੁੱਕਿਆ, ਹੁਣ ਇਹਦੇ ਉੱਤੇ ਪਹਿਲਾਂ ਅਸੀਂ ਪਾ ਰਹੇ ਅਜਵਾਇਣ, ਆ ਸ਼ੱਕਰ ਹੈ, ਠੀਕ ਹੈ, ਆਲੂ ਜੀ, ਪਿੰਨੀਆਂ ਜਿਹੜੀਆਂ ਹੈਗੀਆਂ ਨੇ ਹੁਣ ਤਿਆਰ ਹੋ ਚੁੱਕੀਆਂ ਨੇ, ਇਹਦੇ ਉੱਤੇ ਕੀ ਇਹ ਕਾਲੀ ਮਿਰਚ ਜੀ, ਹੁਣ ਇਹ ਜਮੈਨ ਕਾਲੀ ਮਿਰਚ, ਇੱਧਰ ਸ਼ੱਕਰ ਪਈ ਹੈ, ਦੇਖ ਕੇ ਬਹੁਤ ਵਧੀਆ ਲੱਗ ਰਿਹਾ, ਆਹੋ ਪਿੱਸੇ ਬਦਾਮ, ਮੈਂ ਸ਼ੱਕਰ ਕਹਿੰਦੀ ਸ਼ੱਕਰ ਪਾਤੀ, ਸ਼ੱਕਰ ਇਹ 'ਚ ਪਾਣੀ, ਪਿੱਸੇ ਬਦਾਮ ਪਾਵਾਂਗੇ, ਇਹਦਾ ਟੇਸਟ ਇੰਨਾ ਵਧੀਆ ਆ ਰਿਹਾ ਨਾ, ਖਾ ਕੇ ਵੀ ਬਹੁਤ ਸਵਾਦ ਲੱਗੂਗਾ, ਇਹ ਥੋੜ੍ਹੀ ਜਿਹੀ ਹੋਰ, ਇੱਕ ਦੂਸਰੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੀ, ਆ ਦੇਖੋ ਸ਼ੱਕਰ ਮਤ ਸ਼੍ਰੀ ਜੇ, ਆਹਾ ਬਦਾਮ ਦਾ ਬੂਰਾ ਜਿਹੜਾ ਤਿਆਰ ਕੀਤਾ ਗਿਆ ਸੀ, ਮੈਨੂੰ ਸ਼ੱਕਰ ਕਹੀ ਇਹਨਾਂ ਨੇ। ਲਓ ਜੀ ਦੇਖੋ ਪਿੰਨੀਆਂ, ਪਿੰਨੀਆਂ ਹੀ ਪਿੰਨੀਆਂ, ਬਾਹਰ ਜਾ ਕੇ ਵੀ ਖਾਓ, ਘਰ ਵੀ ਖਾਓ, ਦੁਕਾਨ 'ਤੇ ਵੀ ਖਾਓ, ਜਿੱਥੇ ਮਰਜ਼ੀ ਖਾਓ ਪਿੰਨੀਆਂ। ਸ਼ੱਕਰ ਕਿੱਥੇ, ਸ਼ੱਕਰ ਉਹ ਪਈ ਜੀ ਕਾਲੇ ਲਿਫਾਫੇ 'ਚ, ਉੱਥੋਂ ਚੱਕ ਕੇ ਸ਼ੱਕਰ ਪਾਉਣੀ ਆ ਫਿਰ, ਮਾਤਾ ਸ਼੍ਰੀ ਜੀ ਦੇਖੋ ਲੱਗੇ ਹੋਏ, ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੀ ਪਿੰਨੀਆਂ ਬਣਾਉਣ ਲਈ, ਲੋਕਾਂ ਨੂੰ ਐਂ ਲੱਗਦਾ ਸਾਰਾ ਕੰਮ ਸੌਖੇ ਹੋ ਜਾਂਦਾ। ਦੇਖੋ ਉਹ ਚੈੱਕ ਕਰ ਲਿਆ ਜੀ, ਪਿੰਨੀਆਂ ਚੈੱਕ ਕਰ ਲਿਆ ਹੱਥਾਂ ਨਾਲ, ਉਹ ਇੱਥੇ ਜੀ ਉਹਨੂੰ ਜਾਊਗੀ ਸ਼ੱਕਰ, ਸਿੱਧੇ ਉਹ ਪਾ ਦਿਓ ਸ਼ੱਕਰ, ਪਹਿਲਾਂ ਪਲੇਟ 'ਚ ਪਾਉਂਗੇ, ਇਹ ਸਾਡੀ ਇੰਡੀਅਨ ਮਾਵਾਂ ਨੇ, ਦਾ ਚੰਚ ਇੱਧਰ ਆ, ਪਲੇਟ 'ਚ ਪਹਿਲਾਂ ਰੱਖ ਲਈ ਸ਼ੱਕਰ। ਲਓ ਜੀ ਅੱਛਾ, ਸ਼ੱਕਰ ਨਾਲ ਖੇਡਣਾ ਸੀਗਾ ਤਾਂ ਇਹ 'ਚ ਰੱਖੀ ਜੀ, ਪਹਿਲਾਂ 2 ਘੰਟੇ ਸ਼ੱਕਰ ਨਾਲ ਖੇਡਣਗੇ, ਹੁਣ ਉਹ ਜਿਹੜੀਆਂ ਡਲੀਆਂ ਨੇ ਉਹਨੂੰ ਬਾ ਇੱਧਰ ਸਾਈਡ 'ਤੇ ਕੱਢ ਲੈਣਾ, ਸ਼ੱਕਰ ਨਾਲ ਖੇਡਦੇ ਪਈ ਮੇਰੇ ਮਾਤਾ ਸ਼੍ਰੀ ਜੀ। ਲਓ ਜੀ ਲਓ
ਡਲੀਆਂ ਕੱਟਤੀਆਂ ਵੀ ਫਿਰ ਦੇ ਖਾਵਾਂਗੇ, ਫਿਰ ਡਲੀਆਂ ਵੀ ਵਿੱਚ ਆਣਗੀਆਂ। ਚੀਨੀ ਵੀ ਪਾ ਸਕਦੇ ਤੁਸੀਂ ਇਹਦੇ ਵਿੱਚ, ਅਸੀਂ ਸ਼ੱਕਰ ਵਾਲੀ ਬਣਾਈ ਆ ਫਿਰ, ਗੁੜ ਵਾਲੀਆਂ ਵੀ ਬਣਦੀਆਂ ਨੇ, ਅਸੀਂ ਸ਼ੱਕਰ ਵਾਲੀ ਬਣਾਈ ਆ ਫਿਰ। ਠੀਕ ਹੈ ਜੀ, ਮੈਂ ਆਪਣੀ ਵੀਡੀਓ ਤਾਂ ਨਹੀਂ ਦਿਖਾ ਰਿਹਾ ਕਿਉਂਕਿ ਮੈਂ ਤਾਂ ਫੋਨ ਫੜਿਆ ਹੋਇਆ ਜੀ, ਮਾਤਾ ਸ਼੍ਰੀ ਜੀ ਤਾਂ ਦਿਖਾ ਰਿਹਾ ਕਿਉਂਕਿ ਮਾਤਾ ਸ਼੍ਰੀ ਜੀ ਕੰਮ ਕਰਦੇ ਨੇ। ਉਹ ਲਓ ਫਿਰ ਇਹਨਾਂ ਨੂੰ ਵੱਟ ਕੇ ਉਹ ਸਾਈਡ 'ਤੇ ਉਹ ਜਿਹੜਾ ਪਿਆ ਥਾਲਾ 'ਚ ਆਲੂ ਜੀ, ਸ਼ੱਕਰ ਆ ਰਹੀ ਉਹਨਾਂ ਵਿੱਚ, ਹੋਰ ਸ਼ੱਕਰ ਆ ਰਹੀ ਹੈ ਜੀ, ਸ਼ੱਕਰਾਂ ਹੀ ਸ਼ੱਕਰਾਂ, ਹੁਣ ਸਾਰੀ ਸ਼ੱਕਰ ਪਾ ਲੈਣੀ ਆ ਇਹ 'ਚ, ਰੱਖਣੀ ਆ ਥੋੜ੍ਹੀ ਸ਼ੱਕਰ, ਥੋੜ੍ਹੀ ਜਿਹੀ ਰੱਖਾਂਗੇ, ਕਈ ਵਾਰ ਸ਼ੱਕਰ ਵੱਧ ਹੋ ਜਾਂਦੀ ਹੈ, ਘੱਟ ਦਾ ਕੋਈ ਚੱਕਰ ਨਹੀਂ, ਸ਼ੱਕਰ ਵੱਧ ਨਹੀਂ ਹੋਣੀ ਚਾਹੀਦੀ। ਲਓ ਜੀ ਉਹਨੂੰ ਹਿਲਾ ਲੈਣਾ, ਲਓ ਜੀ ਹੁਣ ਪਿੰਨੀਆਂ ਵੱਟਣ ਲੱਗਿਆ, ਜਿਹੜਾ ਕਿ ਆਖਰੀ ਪ੍ਰੋਸੈਸ ਆ। ਉਹ ਦੇਖੋ ਜੀ ਪਿੰਨੀਆਂ ਵੱਟ ਕੇ ਮੂੰਹ 'ਚ ਰੱਖ ਦੇ, ਮਿੱਠਾ ਬਿਲਕੁਲ ਠੀਕ ਹੈ ਜੀ ਮਿੱਠਾ, ਦੇਖੋ ਜੀ ਐਂ ਕਰਕੇ ਬੋਲ ਦੀ ਸ਼ੇਪ 'ਚ ਆਪਾਂ ਪਿੰਨੀਆਂ ਤਿਆਰ ਕਰ ਲੈਣੀ ਹੈ, ਪਿੰਨੀਆਂ ਕੋ ਫਿਰ ਖਾ ਕੇ ਡੀਡ ਮੈਂ ਡੂਸਣਾ ਹੈ। ਠੀਕ ਹੈ ਜੀ, ਲੋਕ ਪਿੰਨੀਆਂ ਤਿਆਰ ਨੇ, ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਠੀਕ ਹੈ ਜੀ, ਦੇਖੋ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ।